ਪਟਿਆਲਾ ਦੇ ਵਿੱਚ ਛਾਪਦੇ ਸੀ ਨਕਲੀ ਨੋਟ ਤੇ ਬਾਜ਼ਾਰ ਵਿੱਚ ਲੋਕਾਂ ਨੂੰ ਬਣਾਉਂਦੇ ਸੀ ਬੇਵਕੂਫ। ਪੁਲਿਸ ਨੇ ਛਾਪੇਮਾਰੀ ਕਰ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ। ਨਕਲੀ ਨੋਟ ਤੇ ਛਾਪਣ ਵਾਲਾ ਪ੍ਰਿੰਟਰ ਵੀ ਕੀਤਾ ਕਾਬੂ। ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਜਾਲੀ ਕਰੰਸੀ ਬਣਾਉਣ ਵਾਲੇ ਇੱਕ ਗੈਂਗ ਨੂੰ ਕਾਬੂ ਕਰ ਲਿਆ ਗਿਆ, ਜਿਸ ਗੈਂਗ ਦੇ ਮੁਖੀਆ ਦੀ ਪਹਿਚਾਣ ਜਸਵੀਰ ਸਿੰਘ ਜੱਸੀ ਦੇ ਤੌਰ ਤੇ ਹੋਈ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਜ਼ਿਲ੍ਹਾ ਦੇ SSP ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਫੜੇ ਗਏ ਗੈਂਗ ਦੇ ਕੋਲੋਂ ਪੁਲਿਸ ਵੱਲੋਂ 2 ਲੱਖ ਦੀ ਨਕਲੀ ਨਕਦੀ ਅਤੇ ਨਕਲੀ ਕਰੰਸੀ ਛਾਪਣ ਵਾਲਾ ਪ੍ਰਿੰਟਰ ਵੀ ਬਰਾਮਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਜੱਸੀ ਦੇ ਉੱਪਰ ਪਹਿਲਾਂ ਵੀ ਜਾਲੀ ਕਰੰਸੀ ਬਣਾਉਣ ਦਾ ਮੁਕੱਦਮਾ ਦਰਜ ਹੈ। ਫਿਲਹਾਲ ਪੁਲਿਸ ਨੇ ਇਸ ਗੈਂਗ ਦੇ ਮਾਸਟਰਮਾਈਂਡ ਜਸਵੀਰ ਸਿੰਘ ਜੱਸੀ ਅਤੇ ਉਸਦੇ 3 ਸਾਥੀ ਗ੍ਰਿਫਤਾਰ ਕੀਤੇ ਹਨ, ਜਿਨ੍ਹਾਂ ਉੱਪਰ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਜਦੋਂ ਜਾਲੀ ਕਰੰਸੀ ਬਣਾਉਣ ਵਾਲਾ ਇੱਕ ਗੈਂਗ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਗਿਆ। ਇਸ ਗੈਂਗ ਦੇ 4 ਮੈਂਬਰ ਜਿਹੜੇ ਗ੍ਰਿਫਤਾਰ ਕਰ ਲਏ ਗਏ ਹਨ। ਇਹ ਜਾਲੀ ਕਰੰਸੀ ਬਣਾਉਂਦੇ ਸੀ ਅਤੇ ਭੋਲੇ ਭਾਲੇ ਲੋਕਾਂ ਵਿੱਚ ਉਹ ਕਰੰਸੀ ਜਿਹੜੀ ਸੀਗੀ ਉਹ ਡਿਸਟ੍ਰੀਬਿਊਟ ਕਰ ਦਿੰਦੇ ਸੀ, ਵੰਡ ਦਿੰਦੇ ਸੀ, ਕੁਝ ਖਰੀਦ ਲੈਂਦੇ ਸੀਗੇ, ਜਿਸ ਨਾਲ ਇਹ ਕਰੰਸੀ ਜਿਹੜੀ ਸਰਕੂਲੇਸ਼ਨ 'ਚ ਆ ਜਾਂਦੀ ਸੀ। ਇਸ ਗੈਂਗ ਦਾ ਜਿਹੜਾ ਮਾਸਟਰ ਮਾਈਂਡ ਹੈ ਜਸਵੀਰ ਸਿੰਘ ਜੱਸੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਲੱਸ ਉਹਦੇ ਨਾਲ ਉਹਦੇ 3 ਸਾਥੀ ਜਿਹੜੇ ਹੈ ਉਹ ਵੀ ਗ੍ਰਿਫਤਾਰ ਕਰ ਲਏ ਗਏ ਨੇ। ਜਸਵੀਰ ਸਿੰਘ 'ਤੇ ਪਹਿਲਾਂ ਵੀ ਜਾਲੀ ਕਰੰਸੀ ਬਣਾਉਣ ਦਾ ਇੱਕ ਪਰਚਾ ਹੈ ਅਤੇ ਹੁਣ ਇਸ ਦੀ ਗ੍ਰਿਫਤਾਰੀ ਦੇ ਨਾਲ ਨਾਲ ਕਰੀਬ 2 ਲੱਖ ਰੁਪਏ ਜਿਹੜੀ ਜਾਲੀ ਕਰੰਸੀ ਉਹ ਵੀ ਬਰਾਮਦ ਹੋਈ ਹੈ ਅਤੇ ਇੱਕ ਪ੍ਰਿੰਟਰ ਜਿਹਦੇ ਨਾਲ ਇਹ ਜਾਲੀ ਕਰੰਸੀ ਨੂੰ ਛਾਪਦੇ ਸੀ ਉਹ ਵੀ ਬਰਾਮਦ ਹੋਇਆ ਹੈ। ਪਟਿਆਲਾ ਤੋਂ ਜਸਪ੍ਰੀਤ ਸਿੰਘ ਦੀ ਚੰਡੀਗੜ੍ਹ ਖਬਰਨਾਮਾ ਦੇ ਲਈ ਰਿਪੋਰਟ।